ਸਤਸੰਗਤ ਹਰਦੁਆਮ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਜੁੜ ਬੈਠੇ ਗੁਰੂ ਪਿਆਰੇ ਗੁਰੂ ਖਾਲਸਾ ਜੀਓ ਵੱਡੇ ਭਾਗ ਹਨ ਵੱਡੇ ਭਾਗ ਕੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਆਪ ਤਨ ਭਾਗੀ ਹੋ ਸਤਿਕਾਰਯੋਗ ਨਿਮਰਤਾ ਦੇ ਪੁੰਜ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਆ ਮਹਾਨ ਕੁੰਭ ਸਤਿਕਾਰਯੋਗ ਬਾਬਾ ਮਨਮੋਹਨ ਸਿੰਘ ਜੀ ਬਾਰਨਵਾਲ ਵਾਲੇ ਸੰਗਤਾਂ ਨੂੰ ਪ੍ਰੇਰ ਕੇ ਇਸ ਪਾਵਨ ਪਵਿੱਤਰ ਇਹ ਚੱਲਦੇ ਪ੍ਰਵਾਹ ਗੁਰੂ ਕੇ ਅਨੰਦਪੁਰ ਦੇ ਹੋਲੇ ਦੇ ਮਹੱਲੇ ਦੇ ਦਿਨਾਂ ਦੇ ਵਿੱਚ ਇਸ ਧਰਤੀ 'ਤੇ ਸਰਬੱਤ ਦੇ ਭਲੇ ਵਾਸਤੇ ਅਜੱਪਾ ਜਾਪ ਵੀ ਹਨ, ਕਲਾਸ ਵੀ ਉੱਡੀ ਹੈ ਵੱਡੀ ਹੈ ਅਤੇ ਪੇਪਰ ਵੀ ਤਕਰੀਬਨ ਵੱਡਾ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਆ ਇੰਦਰ ਬੜਾ ਟਿੰਡ ਫੌੜੀ ਜੀ ਚੱਕੀ ਫਿਰਦਾ ਹੈ। ਮੈਨੂੰ ਦੁਆਓ ਖਾਲਸੇ ਮਿਲਿਆ ਉਹ ਬਾਬਾ ਜੀ ਦੀ ਨਿੱਘੀ ਜੀ ਕੁਟੀਆ 'ਚ, ਕੁਟੀਆ ਵੀ ਕਬੀਰ ਵਾਲੀ ਪਾਈ ਹੋਈ ਹੈ। ਮਹਾਂ ਬਾਬਿਓ ਨਿਹੰਗ ਸਿੰਘੋ ਗੁਰੂ ਕਿਆ ਲਾਡਲੀਆਂ ਫੌਜੋਂ ਮਾਰੋ ਰਖੜਾ ਖਿੱਚ ਕੇ ਅੰਦਰ ਕਈ ਵਾਰੀ ਆਇਆ ਗੇੜੇ ਗੂੜੇ ਦੇ ਖਾ ਕੇ। ਆਖੋ ਸਤਨਾਮ ਵਾਹਿਗੁਰੂ ਜੀ। ਗੁਰੂ ਕੇ ਖਾਲਸੋ ਬਾਬਾ ਜੀ ਨੇ ਉਸ ਰਜਾ ਵਿੱਚ ਇੰਦਰ ਦੀ ਮੌਜ ਹੈ ਪਰ ਇੰਦਰ ਇੱਥੇ ਸ਼ਰ ਨਹੀਂ ਭਰਦਾ। ਇਹ ਉਹ ਗੁਰੂ ਗ੍ਰੰਥ ਸਾਹਿਬ ਹੈ ਜਿੱਥੇ ਤੁਸੀਂ ਬੈਠੇ ਹੋ, ਪਰ ਦਸ਼ਮੇਸ਼ ਜੀ ਦੀ ਬਖਸ਼ੀ ਹੋਈ ਅਮੋਲਕ ਦਾਤ ਆਪਦੇ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਆਪਾਂ ਸਾਰੇ ਬਾਬਾ ਜੀ ਦੇ ਰਿਣੀਆਂ ਕਿੰਨੇ ਇੰਨੇ ਸਾਧੂ ਇਕੱਤਰ ਹੋਏ, ਇੰਨਿਆਂ ਦੇ ਸਾਧੂਆਂ ਦੇ ਦਰਸ਼ਨ ਹੋਏ ਜੇ ਇੱਥੇ ਹਾਜ਼ਰੀ ਲੱਗ ਜੇ ਬਹੁਤ ਹੈ। ਦਰਸ਼ਨ ਪਾਗ ਹੋਆ ਗੁਰਸੰਤ ਮਿਲਾਇਆ ਫਿਰ ਪ੍ਰਭ ਅਵਿਨਾਸ਼ੀ। ਫਿਰ ਤੁਸੀਂ ਹੁਣ ਆਪਾਂ ਕੀ ਤੱਕਦੇ ਹਾਂ, ਇਦੋਂ ਵੱਡੇ ਕਰਮ ਕਿਹੜੇ ਹੋਣਗੇ। ਤੁਸੀਂ ਇੱਕ ਵਾਰੀ ਪਿਆਰ ਦਾ ਸਬੂਤ ਦਿਓ ਅੰਦਰੋਂ ਜਾ ਕੇ, ਜਿਤਨੇ ਵੀ ਬੈਠੇ ਹੋ ਖਾਲਸੇ ਗੁਰ ਕਲਗੀਧਰ ਦੇ। ਇੱਧਰ ਮੇਰੇ ਦਸ਼ਮੇਸ਼ ਜੀ ਦੀਆਂ ਛੀਣੀਆਂ ਭੈਣਾਂ ਹੱਥ ਬੰਨ ਕੇ ਜੋਦੜੀ ਹੈ, ਹੱਥ ਬੰਨ ਕੇ ਤੁਸੀਂ ਮੰਨਿਓ ਤੇ ਸਾਰੇ ਹੱਥ ਬੰਨ ਕੇ ਹੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਸੁਗੁਰ ਉਪਦੇਸਿਆ ਮੈਂ ਤੈ ਸੋ ਕਿਹਾ ਪੁਕਾਰੀ ਨਾਨਕੀ ਕਹੇ ਸੁਣ ਰੇ ਮਨਾ ਕਰ ਕੀਰਤਨ ਹੋਏ ਉਨਹਾਰ ਕਲਗੀ ਵਾਲਿਆ ਮੈਂ ਤੇਰੀ ਸ਼ਾਂਤ ਕੀ ਤੇਰੇ ਨਾਲ ਦਾ ਹੋਰ ਦਿਲਦਾਰ ਕੋਈ ਨਾ ਚਰਨੀ ਲਾਲ ਮੈਂ ਲੰਘਣਿਆ ਲੋਲਿਆਂ ਨੂੰ ਡਰ ਤੇ ਆਏ ਨਾ ਕੱਟ ਕਰੇ ਪਿਆਰ ਕੋਈ ਨਾ ਭਾਵੇਂ ਬਾਦਸ਼ਾਹ ਤੇ ਭਾਵੇਂ ਉਹ ਗਰੀਬ ਹੋਵੇ ਤੇਰਾ ਛੋਟਿਆਂ ਦੇ ਨਾਲ ਘੱਟ ਪਿਆਰ ਕੋਈ ਨਾ ਚੋਜੀ ਪ੍ਰੀਤ ਮਾਂ ਦਿਲਾਨੀਆਂ ਬੁੱਝ ਲੈਨੇ ਉੱਥੇ ਲੱਗਿਆ ਟੈਲੀਫੋਨ ਤਾਰ ਕੋਈ ਨਾ ਕਲਗੀ ਵਾਲੇ ਪ੍ਰੀਤਮ ਦਰਸ਼ਨ ਦੇਣਾ ਜ਼ਰੂਰ ਕਲਗੀ ਵਾਲੇ ਪ੍ਰੀਤਮ ਦਰਸ਼ਨ ਦੇਣਾ ਜ਼ਰੂਰ ਕਲਗੀ ਵਾਲੇ ਕਾਲੇ
सुन ले जरूर कलगी वाले प्रीतम दर्शन देना जरूर कलगी वाले प्रीतम दर्शन देना जरूर कलगी वाले प्रीतम दर्शन देना जरूर कलगी वाले कसूर हलंगी वाले प्रीतम दर्शन देना जरूर हलंगी वाले प्रीतम दर्शन देना जरूर हलंगी वाले दर्शन देना जरूर हलंगिया वाले ओ गुरु रूप खालसा जी असी अरदासा बेनतियां करदे आ हजूर सच्चे पातशाह दशमेश जीओ अज जे तुसी कहो ना किसे हेमकुंडपुर की धरती ते जा गंगा हरिद्वार गगनोत्री आनंदपुर साहब दा होला ता तुहाडे सामने ही आ दृश्य देसी रहा है आखो सतनाम श्री वाहिगुरु जी ये तुहाडे हिरदियां च बैठा है ਉਹਦੀ ਕਿਤੇ ਵੀ ਕੋਠੀ ਨਹੀਂ ਪਾਈ ਪਈ ਇਸ ਕਰਕੇ ਉਹ ਸਭਨਾ ਦੇ ਅੰਦਰ ਹੈ ਪਰਮੇਸ਼ਰ ਤੇ ਤੋਂ ਦੂਰ ਨਹੀਂ ਹੈ ਜਿਵੇਂ ਚੌਥੇ ਛੱਕੇ ਵਿੱਚ ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਜਦੋਂ ਜ਼ਿਮੀਦਾਰ ਬੋਰ ਕਰਦੇ ਧਰਤੀ 'ਚ ਪਾਣੀ ਹੈਗਾ ਪਰ ਬੋਰ ਕਰਨਾ ਪੂਰਨ ਤਾਂ ਸਵਰਸੀ ਬੋਰ ਕਰਨੇ ਪੈਂਦੇ ਨੇ ਚਾਰ ਚਾਰ ਸੌ ਫੁੱਟ 'ਤੇ ਪਾਣੀ ਚਲਿਆ ਗਿਆ ਪਰ ਆਪਾਂ ਖੇਤੀ ਕਰਦੇ ਹੁੰਦੇ ਅੱਗੇ ਹਲਾਂ ਨਾਲ ਔਰ ਸੈਂਸ ਆਈ ਹੈ ਚੰਗੀ ਹੈ ਟਰੈਕਟਰ ਕੰਪਾਈਨਾਂ ਕੋ ਮਾੜੀ ਤਾਂ ਨਹੀਂ ਹੈ ਇੱਥੇ ਬੈਠੇ ਅਮਰੀਕਾ 'ਚ ਗੱਲਾਂ ਕਰਦੇ ਹਾਂ ਫਿਰ ਇਹ ਤਾਂ ਆਪਣੀ ਅਕਲ ਹੈ ਜ਼ੋਰ ਵਰਤੋਂ ਕਿਸੇ ਮੋਬਾਈਲ ਦੀ ਜਾਂ ਕੰਪਾਈਨ ਦੀ ਜਿਵੇਂ ਫਰੀਦਾ ਮੈਂ ਇੱਕੋ ਹੀ ਬਾਸਾ ਧਾਰਨਾ ਪੜ੍ਹ ਕੇ ਗੱਲ ਸੌ ਅੱਥਰ ਅੱਥਰ ਸਿਰੇ ਤੇ ਅਨਪੜ੍ਹ ਸਾਰਾ ਮੈਂ ਭਾਂਡੇ ਹੀ ਮਾਂਡੇ ਨੇ ਆ ਇੱਕ ਲੁੱਟ ਲਟਈਆ ਮੈਨੂੰ ਕਰਨ ਦਾ ਬਾਬਾ ਜੀ ਮੈਨੂੰ ਰੋਕ ਦਿੰਦੇ ਨੇ ਨਹੀਂ ਜਿੰਨੇ ਤੁਸੀਂ ਬੈਠੇ ਹੋ ਨਾ ਆ ਜਿੰਨੇ ਵੀ ਤੁਸੀਂ ਬੈਠੇ ਹੋ ਮੈਂ ਇਕੱਲੇ ਇਕੱਲੇ ਦੀ ਜੇਬ ਚੋਂ ਪੰਜ ਪੰਜ ਬੋਰੀਆਂ ਚੀਨੀ ਦੀਆਂ ਕਢਾ ਸਕਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਾਰਨ ਪਤਾ ਕੀ ਹੈ ਕਿਉਂ ਅਸੀਂ ਦਿੱਲੀ ਦੇ ਉਹ ਝੂਠ ਬੋਲਣ ਵਾਲੇ ਬਾਦਸ਼ਾਹ ਦੇ ਮੰਗਤੇ ਨਹੀਂ ਨਾ ਅੱਛੇ ਦਿਨ ਆਉਣਗੇ ਆਖੋ ਸਤਨਾਮ ਵਾਹਿਗੁਰੂ ਜੀ ਆਈ ਪਾਏ ਨੇ ਚੱਕ ਲਓ ਉਹ ਤਖਤ ਦੇ ਮਾਲਕ ਦੇ ਅਸੀਂ ਮੰਗਤੇ ਨਹੀਂ ਅਸੀਂ ਮੰਗਦੇ ਹਾਂ ਸੱਚੇ ਪਾਤਸ਼ਾਹ ਦੇ ਸੰਗਤਾਂ ਦੇ ਆਉਂਦਾ ਸੰਗਤਾਂ ਕੋਲ ਹੀ ਕੋਈ ਕਿਸੇ ਤਰੀਕੇ ਨਾਲ ਲੈ ਲੈਂਦਾ ਕੋਈ ਕਿਸੇ ਨਾਲ ਅਸੀਂ ਸਿੱਧੇ ਹੀ ਮੰਗਦੇ ਹਾਂ ਆਖੋ ਸਤਨਾਮ ਮਹਾਰਾਜ ਨੇ ਲਿਖਿਆ ਤਾਂ ਹੈ ਹਮ ਭਿਖਿਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਅਟਲ ਰਹਿਣ ਵਾਲੇ ਅਵਿਨਾਸ਼ੀ ਜਿਨ ਕੋ ਦਾਤਾ ਸਿਮਰਤ ਸਾਮਲ ਹੋਈ ਗੁਣ ਨਾਨ ਭਗਤਨ ਕੋ ਵਰਤਨ ਪਰ ਬਿਰਲਾ ਪਾਵੇ ਕੋਈ ਇਹ ਗੱਲ ਦਾਅਵੇ ਨਾਲ ਕਹਿ ਦੇਣੀ ਇੰਦਰ ਨੂੰ ਵੀ ਭਜਾ ਦਈਏ ਜੇ ਕਹਿ ਦਿਓ ਤੁਸੀਂ ਹੁਣ ਇੱਕ ਜਕਾਰੇ ਨਾਲ ਇਹਦੀ ਤਾਕਤ ਕੀ ਆ ਹਿੰਡ ਸੜ ਜਾਏ ਇੱਧਰ ਪਿੱਛੇ ਬੈਠੇ ਨੇ ਆ ਨੀਲੇ ਦਸਤਾਰੇ ਵਾਲੇ ਨਾ ਇਹ ਬੈਠਾ ਸੰਤ ਜਰਨੈਲ ਸਿੰਘ ਦਾ ਪੁੱਤ ਇੰਦਰ ਕੀ ਚੀਜ਼ ਹੈ ਇਹਦੀ ਤਾਕਤ ਕੀ ਹੈ ਪਰ ਤੁਹਾਡੇ ਅੰਦਰ ਕੁਛ ਹੋਣਾ ਚਾਹੀਦਾ ਮੰਗਤਾ ਤਕੜਾ ਹੋਣਾ ਚਾਹੀਦਾ ਐਵੇਂ ਪੜ੍ਹੀ ਜਾਣਾ ਇੱਥੇ ਹੁਣ ਮੈਂ ਦੇਖਿਆ ਬਾਬਾ ਜੀ ਗੁਹਾੜੇ ਕੱਢਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੋ ਮੰਗੇ ਠਾਕਰ ਮਾ ਤੂੰ ਕਹਦੇ ਆਏ ਇੰਜ ਕਰਦਾ ਆਖੋ ਸਤਨਾਮ ਵਾਹਿਗੁਰੂ ਜੀ ਸਾਰੇ ਕਹਿੰਦੇ ਕਿਉਂ ਨੀ ਵਾਹਿਗੁਰੂ ਵਾਹਿਗੁਰੂ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਆਏ ਹਾਏ ਬਸ ਸਾਰੀ ਜ਼ਿੰਦਗੀ ਗਾਈ ਜਾਇਓ ਸੁਣੀ ਜਾਇਓ ਪੜ੍ਹੀ ਜਾਇਓ ਨਾ ਇਹ ਪਵਨ ਦਾ ਵਿਸ਼ਾ ਨਾ ਸਤਸੰਗ ਦੀ ਸੁਣਨ ਦਾ ਵਿਸ਼ਾ ਹੈ ਇਹ ਮੰਨਣ ਦਾ ਵਿਸ਼ਾ ਹੈ ਇਸ ਕਰਕੇ ਜਿਹਨੂੰ ਤੁਸੀਂ ਮੰਦਰਾਂ ਤੇ ਤੀਰਥਾਂ ਤੇ ਜੰਗਲਾਂ 'ਚ ਟੋਲਦੇ ਫਿਰਦੇ ਹੋ ਉਹ ਤੁਹਾਡੇ ਅੰਦਰ ਵੱਸਦਾ ਕਿਵੇਂ ਕਢਾ ਸਕਦਾ ਕਿੰਨੇ ਮਾਣ ਨਾਲ ਕਿਹਾ ਮੰਤਰੀ ਸ਼ੰਤਰੀ ਨਹੀਂ ਸਾਨੂੰ ਕੋ ਦਿੰਦੇ ਸਾਡੇ ਤਾਂ ਮਨਿਸਟਰ ਆ ਬੈਠੇ ਨੇ ਆਖੋ ਸਤਨਾਮ ਵਾਹਿਗੁਰੂ ਜੀ ਕਿਸੇ ਸਰਪੰਚ ਐਮ ਐਲ ਏ ਨੂੰ ਕਿਹਾ
ਕਿਸੇ ਮੋਦੀ ਸਾਹਿਬ ਨੂੰ ਕਿਸੇ ਮੇਰੇ ਮਿਨਿਸਟਰ ਨਾਲ ਕਿਸੇ ਨਾਲ ਵੀ ਕੋਈ ਵਿੱਚ ਬੈਠਾ ਹੋਵੇ ਕੋਈ ਗਿਲਾ ਨਹੀਂ ਉਹਨਾਂ ਦੇ ਪਾਕ ਨੇ ਸੇਵਾ ਦਿੱਤੀ ਹੈ ਕਰਨ ਪਰ ਸੇਵਾ ਕਰਨ ਕਰਦੇ ਨੇ ਪਰ ਜੇ ਮੈਂ ਇੱਕ ਗੱਲ ਕਹਿਤੀ ਨਾ ਤਿੰਨ ਮਹੀਨੇ ਢਿੱਡ ਨਹੀਂ ਦੁਖਣਾ ਆਖੋ ਸਤਨਾਮ ਵਾਹਿਗੁਰੂ ਜੀ ਤਿੰਨ ਮਹੀਨੇ ਬਾਬਾ ਜੀ ਇਲਾਜ ਕਰ ਦੇਣਗੇ ਕਿਉਂਕਿ ਵਿੱਚ ਰਹਿੰਦੇ ਨੇ ਲੂਲੋ ਵਾਲੇ ਸੰਤ ਵੀ ਕਹਿ ਦਿੰਦੇ ਨੇ ਕਹਿੰਦੇ ਵਿੱਚ ਹੀ ਰਹਿੰਦੇ ਆ ਆਖੋ ਸਤਨਾਮ ਵਾਹਿਗੁਰੂ ਜੀ ਪਰ ਅਸੀਂ ਦੇਖ ਕੇ ਨਾ ਸਾਹਮਣੇ ਮੁੱਖ ਕਹਿਣ ਤੋਂ ਪਿੱਛੇ ਨੂੰ ਮੋੜ ਜਾਂਦੇ ਹਾਂ ਸੱਚੀ ਗੱਲ ਇੱਥੇ ਸੱਚੋ ਹੀ ਸੱਚ ਨਿਬੜੇ ਜੁਣ ਵੱਖ ਕਦੇ ਜਮਜਾ ਲਿਆ ਥਾਂ ਨਾ ਪਾਇਆ ਨਕੂੜਿਆ ਰਮੋ ਕਾਲੇ ਦੋ ਜਿਕ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਕਦੇ ਜੱਟ ਦੇਖਿਆ ਤਿਲਾਂ ਦੀ ਖੇਤੀ ਮੂੰਗਫਲੀ ਚ ਬੀਜਦੇ ਹੁੰਦੇ ਆ ਗੁਆਰਾ ਵੀ ਐਡਾ ਬਾਜਰਾ ਭਾਦੋ ਨਾ ਮਾਰਿਆ ਕਹਿੰਦੇ ਜੱਟ ਸਾਧ ਹੋ ਗਿਆ ਆਖੋ ਸਤਨਾਮ ਵਾਹਿਗੁਰੂ ਜੀ ਹੁਣ ਕਿੱਥੇ ਹੈ ਭਾਦੋ ਨਾ ਮੂੰਗਫਲੀ ਹੁਣ ਤਾਂ ਜੀਰੀ ਤੇ ਕਣਕ ਰਹਿ ਗਈ ਉਹ ਵੀ ਕੰਪਾਈਨਾਂ ਚੱਕ ਦਿੰਦੀਆਂ ਨੇ ਆਖੋ ਸਤਨਾਮ ਵਾਹਿਗੁਰੂ ਜੀ ਇਹ ਖਾਲਸਾ ਜੀ ਮੈਂ ਗੱਲ ਕਰਨੀ ਆ ਜੱਟਾਂ ਵਾਲੀ ਇਹ ਜਿਹੜੇ ਤਿਲ ਸਵਾਹ ਨਾ ਭਰੇ ਪਏ ਨੇ ਨਾ ਉਹਨਾਂ ਨੂੰ ਜੱਟ ਨਹੀਂ ਵੜਦਾ ਤੇ ਜਿਹੜੇ ਤਿਲ ਭਰੇ ਪਏ ਨੇ ਤਿੰਨਾਂ ਬੂਟੇ ਉਹਨਾਂ ਨੂੰ ਵੱਢਦਾ ਤੇ ਖਲੀਆਂ ਲੱਗ ਜਾਂਦੀਆਂ ਨੇ ਕਈਆਂ ਨੂੰ ਤਾਂ ਖਲੀਆਂ ਦਾ ਨਹੀਂ ਪਤਾ ਕਿਉਂ ਨਾ ਦਿਬ ਕੁੱਟੀ ਹੈ ਨਾ ਟੋਭ ਵਿੱਚ ਦੱਬੀ ਹੈ ਨਾ ਵੇੜਾਂ ਵੱਟੀਆਂ ਨੇ ਨਾ ਪਿੰਨੇ ਵੱਟੇ ਨੇ ਨਾ ਭਰੀਆਂ ਸੱਥਰੀਆਂ ਨਾ ਖਲੀਆਂ ਕੁਛ ਵੀ ਨਹੀਂ ਲਾਇਆ ਆਖੋ ਸਤਨਾਮ ਵਾਹਿਗੁਰੂ ਜੀ ਫਿਰ ਵੀ ਸਿਰ ਮਨਾਉਣ ਨਾਈ ਦੇ ਆਇਆ ਧੰਨ ਸਿੱਖਾ ਆਖੋ ਸਤਨਾਮ ਵਾਹਿਗੁਰੂ ਜੀ ਇਹਨਾਂ ਸੁੱਖਾਂ ਨੇ ਤੈਨੂੰ ਇਹ ਸੁੱਖਾਂ ਵੱਲ ਤੋਰ ਦਿੱਤਾ ਨਹੀਂ ਦੁੱਖ ਦਾਰੂ ਸੁੱਖ ਕੋਈ ਮਾੜੇ ਨਹੀਂ ਪਰ ਮੈਂ ਬਹੁਤਾ ਨਹੀਂ ਬੋਲਣਾ ਕਿਉਂਕਿ ਮੈਨੂੰ ਪਿੱਛੋਂ ਬ੍ਰੇਕਾਂ ਵੱਜਦੀਆਂ ਨੇ ਬਹੁਤ ਕੀਮਤੀ ਸਮਾਂ ਲੈ ਕੇ ਆਇਆ ਮੈਂ ਤਾਂ ਧੱਕੇ ਨਾਲ ਕਹਿੰਦੇ ਨਾ ਕਿਸੇ ਜੱਟ ਦਾ ਖਾਲ ਚੱਲਦਾ ਹੋਵੇ ਜੇ ਖਾਲ ਦੇ ਦੋਹੇ ਸਾਹ ਸਾਂਝੀ ਬੰਨੇ ਕਾਇਮ ਹੋਣ ਜਿਵੇਂ ਨਹਿਰ ਨੀਲੋ ਵਾਲੀ ਬੰਨੀ ਹੈ ਜੇ ਸਾਡੀ ਬੰਨੀ ਹੁੰਦੀ ਨਾ ਕਈ ਵਾਰੀ ਟੁੱਟ ਜਾਂਦੀ ਆਖੋ ਸਤਨਾਮ ਵਾਹਿਗੁਰੂ ਜੀ ਟੁੱਟਦੀ ਨਹੀਂ ਹੈ ਉਹ ਜੇ ਜੱਟ ਦੇ ਖਾਲ ਦਾ ਪਾਣੀ ਅੱਗੇ ਨਹੀਂ ਨਾ ਜਾਂਦਾ ਬਾਬਾ ਮਨਮੋਹਨ ਸਿੰਘ ਮਾਰ ਗਿਆ ਫਿਰ ਕਹਿੰਦਾ ਖਾਲਸਾ ਕਹਿੰਦਾ ਕੰਜਰ ਦਿਆ ਪਿੱਛੇ ਖੱਡ ਹੋਊਗੀ ਚੂਹੇ ਦੀ ਉਹਨੂੰ ਮਾਰ ਪੁੱਠੀ ਕਹੀ ਖੱਡ ਭਰ ਦੇ ਪਾਣੀ ਸਿਰੇ ਜਾਊ ਆਖੋ ਸਤਨਾਮ ਵਾਹਿਗੁਰੂ ਜੀ ਜੇ ਤੁਸੀਂ ਵੀ ਪਾਣੀ ਸਿਰ ਲੈ ਕੇ ਜਾਣਾ ਨਾ ਸਿਰੇ ਦੋਨੇ ਬੰਨੇ ਕਾਇਮ ਚਾਹੀਦੇ ਨੇ ਉਹ ਕਿਹੜੇ ਨੇ ਜਿਵੇਂ ਥੋਥੜੇ ਤਿਲ ਤੁਸੀਂ ਵੱਢਣੇ ਨਹੀਂ ਨਾ ਜਿਹੜੇ ਕਾਲੇ ਪਏ ਨੇ ਸਵਾਹ ਹੋਈ ਪਈ ਹੈ ਜੱਟ ਵੱਢੂਗਾ ਉਹ ਜਿਹਦੇ 'ਚ ਜਿਹੜੇ ਹੁਣ ਬਾਬਾ 'ਚ ਜਾਂਦੇ ਨੇ ਆ ਵਿੱਚ ਬੈਠੇ ਹੋਣਗੇ ਕਹਿਣਗੇ ਸਾਡੇ ਹੱਲ ਆ ਗਿਆ ਬਾਬਾ ਹੁਣ ਗਾਉਣ ਵਾਲੀਆਂ ਦੇ ਆਸ਼ਿਕ ਪੈਲਸਾਂ 'ਚ ਨੱਚਣ ਵਾਲੇ ਕੋਈ ਤੁਹਾਡੀ ਤਰਤੀਬ ਕੋਈ ਢੰਗ ਕੋਈ ਆਨੰਦ ਕਾਰਜ ਦੀ ਮਰਜ਼ਾਦਾ ਸਾਰੇ ਹੀ ਸਿਆਣੇ ਹੋ ਆ 12 ਵਜੇ ਐਨ ਹੋ ਜਾ ਘੁਮਾਉਂਦੇ ਹੁੰਦੇ ਨੇ ਆਖੋ ਸਤਨਾਮ ਵਾਹਿਗੁਰੂ ਜੀ ਆਉਂਦੇ ਖਿੱਚਦੇ ਨੇ ਬਾਬਾ ਮਨਮੋਹਨ ਸਿੰਘ ਖਿੱਚਦੇ ਜ਼ਰਾ ਵੀ ਡੋਰੀ ਆ ਇਹ ਆਖੋ ਸਤਨਾਮ ਕਿਉਂਕਿ ਭੂਆ ਜੀ 65,000 ਵਾਲੀ ਨਾਲ ਲਿਆਂਦੀ ਹੁੰਦੀ ਆ ਸੁਣਨੀ ਹੁੰਦੀ ਹੈ ਇੰਨੇ ਕੁ ਆਸ਼ਕਾਂ ਸੀ ਆਖੋ ਸਤਨਾਮ ਵਾਹਿਗੁਰੂ ਜੀ ਆਓ ਗੁਰੂ ਕੇ ਲਾਰ ਲਿਓ ਉਹ ਤਿਲ ਜੱਟ ਨਹੀਂ ਵਰਦਾ ਜਿਨ੍ਹਾਂ 'ਚ ਸਵਾਹ ਉਹਨਾਂ 'ਚ ਸਵਾਹ ਹੀ ਹੈ ਜਿਹੜੇ ਗਲ ਆਂਡੇ ਮੀਟ ਸ਼ਰਾਬ ਤੇ ਗਾਉਣ ਵਾਲੀਆਂ ਪੱਬਾਂ 'ਚ ਪੈਂਦੇ ਨੇ ਜਿਹੜੇ ਅੱਜ ਗੁਰੂ ਗੋਬਿੰਦ ਸਿੰਘ ਦੇ ਹੋਲੇ ਨੂੰ ਜਾ ਰਹੇ ਨੇ ਜਿਨ੍ਹਾਂ ਨੇ ਬਾਬਾ ਆਨੰਦ ਸਿੰਘ ਦੀ ਸੇਵਾ ਕੀਤੀ ਹੈ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀਆਂ ਦਾ ਬੋਲ ਕੇ ਗਿਆ ਨਾ ਖਾਲਸਾ ਆਹ ਹੁਣ ਬਾਬਾ ਮਨਮੋਹਨ ਸਿੰਘ ਜੀ ਸਨ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਰੰਗੇ ਹੋਏ ਜਿਨ੍ਹਾਂ ਨੇ ਅਨੇਕਾਂ ਹੀ ਜੇਲ੍ਹਾਂ ਵਿੱਚ ਕਾਸ਼ਟ ਸਹਾਰਿਆ ਐਵੇਂ ਨਹੀਂ ਤਖਤ ਲੱਗ ਸਕਦਾ ਇਹ ਬੜਾ ਔਖਾ ਹੈ ਸਟੇਜ 'ਤੇ ਬੋਲਣਾ ਮਹਾਂਪੁਰਖਾਂ ਦੇ ਵਿਦਵਾਨਾਂ 'ਚ ਅਸੀਂ ਤਾਂ ਵਾਜਾਂ ਵਾਲੇ ਦੇ ਤੁਹਾਡੇ ਕੁੱਤੇ ਐ ਕੁੱਤੇ ਆਖੋ ਸਤਨਾਮ ਵਾਹਿਗੁਰੂ ਜੀ ਹਮ ਕੁਕਰ ਤੇਰੇ ਦਰਬਾਰ ਭੌਂਕੇ ਆਗੇ ਵਧਨ ਫਸਾਰ ਆ ਉਹਨਾਂ ਵਾਲੇ ਬੈਠੇ ਨੇ ਜਿਨ੍ਹਾਂ ਨੇ ਬ੍ਰਹਮ ਗਿਆਨੀ ਸੰਤ ਬਾਬਾ ਜੈਮਲ ਸਿੰਘ ਜੀ ਨਾਲ ਫਤਿਹਗੜ੍ਹ ਸਾਹਿਬ ਜਿੰਨਾ ਵੀ ਸੋਨਾ ਚੜਿਆ ਦਾਦ ਦੇ ਹੱਥੀ ਚੜਿਆ 22 ਪਿੰਡਾਂ 'ਚ ਆਉਂਦੇ ਹੁੰਦੇ ਓਏ ਉਹਨਾਂ ਦੇ ਰੰਗੇ ਹੋਏ ਮੈਨੂੰ ਬਾਬਾ ਜੀ ਦੱਸਦੇ ਕਹਿੰਦੇ ਇਹੋ ਜਿਹਾ ਸੀ ਸਮੈਲ ਬਣਾਇਆ ਇਹਨਾਂ ਦੇ ਜੋ ਮਹਾਂਪੁਰਖ ਸੀ ਜਨਾ ਵਾਹਿਗੁਰੂ ਕਹਿ ਕੇ ਨਹਿਰ ਪਾਰ ਕਰ ਜਾਂਦੇ ਦੀ ਕੋਈ ਬੇੜਾ ਬੰਨ ਨਾ ਸਕੇ ਉੱਥੇ ਜਪ ਤਪਕਾ ਬੰਦ ਬੇੜ ਲੈ ਉੱਥੇ ਦੋ ਸ਼ਬਦ ਆ ਇਕੱਠੇ ਇੰਨਾ ਮੈਂ ਸਮਾਂ ਨਹੀਂ ਬੋਲਾਂ ਮੈਂ ਇੱਕ ਵਾਰ ਕਹਿਣੀ ਹੈ ਪਰ ਬਾਬਾ ਜੀ ਦਾ ਬ੍ਰੇਕ ਬੜਾ ਸਖਤ ਲਾਇਆ ਨਹੀਂ ਤਾਂ ਹਿਲਾ ਦਿੰਦਾ ਤੁਹਾਡੇ ਗੀਜੇ ਆਖੋ ਸਤਨਾਮ ਵਾਹਿਗੁਰੂ ਜੀ ਆਖੋ ਸਤਨਾਮ ਵਾਹਿਗੁਰੂ ਪਰ ਪਿਆਰ ਨਾਲ ਗੀਜਾ ਅੰਦਰਲਾ ਹਿਲਾ ਲਿਓ ਹੀਏ ਜੇ ਗੀਜਾ ਇਹ ਨਹੀਂ ਹਿਲਾਉਣਾ ਮਾਇਆ ਵਾਲਾ ਜਿਹਦੇ 'ਚ ਟਿਕਿਆ ਬੈਠਾ ਪਰਮਾਤਮਾ ਨਾ ਉਹ ਹਿਲਾ ਲਿਓ
ਬਸ ਫਿਰ ਮੰਗਣ ਦੀ ਲੋੜ ਵੀ ਨਹੀਂ ਪੈਂਦੀ। ਮੰਗਣ ਗਿਆ ਸੋ ਮਰ ਗਿਆ, ਮਰ ਕੇ ਮੰਗਣ ਜਾਏ ਉਦੋਂ ਪਹਿਲਾਂ ਉਹ ਮਰ ਗਿਆ ਹੁੰਦਿਆਂ ਹੀ ਮੁੱਕਰ ਜਾਏ। ਉੱਠੋ ਜੀ, ਪਟਿਆਲੇ ਦੇ ਸ਼ਹਿਰ ਚ ਅੱਜ ਬਾਬਾ ਜੀ ਸਟੇਜ ਤੇ ਬੈਠੋ, ਕਿਸੇ ਦੀ ਤਾਕਤ ਹੈ ਮੰਗੋ, ਜੇ ਨਾ ਦੇਵੇ ਗਲ ਵੱਢ ਕੇ ਸੜ ਦਿਓ ਲਲਤ ਵਾਲੇ ਦਾ। ਇਹੋ ਜਿਹਾ ਦਾਤਾ ਅਸੀਂ ਕੀਤਾ ਹੀ ਨਹੀਂ। ਆਖੋ ਸਤਨਾਮ ਵਾਹਿਗੁਰੂ ਜੀ। ਦਾਤਾ ਉਹ ਮੰਗੀਏ ਸਗਲ ਦੁਆਰ ਕੋ ਛਾੜ ਕੇ, ਗਏ ਤੁਹਾਰੋ ਦੁਆਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਐਸੀ ਪ੍ਰੀਤ ਕਰ ਲੈ, ਐਸੀ ਪ੍ਰਤੀਤ, ਪ੍ਰਤੀਤ ਕਹਿੰਦੇ ਨੇ ਭਰੋਸਾ, ਪ੍ਰੀਤ ਕਹਿੰਦੇ ਨੇ ਪਿਆਰ। ਆ ਤੇਈ ਮੈਂ ਸ਼ਕਾ ਸਾ ਜੀ ਦੀ ਵਾਰ ਦਾ ਆਹੀ ਸ਼ਬਦ ਪੜ੍ਹ ਕੇ ਮੈਂ ਬਾਬਾ ਜੀ ਮਹਾਂਮੁਰਖਾਂ ਦਾ ਬੇਅੰਤ ਕੀਮਤੀ ਸਮਾਂ ਲਿਆ। ਇਹ ਦੋ ਬੰਨੇ ਕਿਹੜੇ ਕਹਿਣ ਲੱਗੇ ਤੀ ਜੱਟਾਂ ਵਾਲੇ, ਇੱਕ ਸੇਵਾ ਇੱਕ ਸੇਵਾ ਸਿਮਰਨ, ਕਬੀਰ ਸੇਵਾ ਕੋ ਦੁਰ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ। ਇਹ ਦੋ ਬੰਨੇ ਜ਼ਿਆਦਾ ਕਾਇਮ ਰਹਿ ਗਏ। ਇਹ ਦੁਰ ਦਰਗਾਹ ਨੂੰ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਉਸ ਨਾਮ ਦਾ ਕੋਈ ਤੁਲਹਾ ਬੇੜਾ ਬੰਨ ਲੈ, ਇਹ ਕੈਨੇਡਾ, ਅਮਰੀਕਾ, ਇੰਗਲੈਂਡ, ਥਾਈਲੈਂਡ, ਸਿੰਗਾਪੁਰ, ਜਪੈਨ, ਡੁਬਈ ਦੇ ਕਿੰਨੇ ਕਿਤੇ ਹੈਗਾ, ਪਾਸਪੋਰਟ ਨਾ ਬਣਾਉਂਦੇ ਰਹਿ ਜਿਓ, ਉੱਥੇ ਵੀ ਨਹੀਂ ਚੜ੍ਹਨ ਦਿੰਦੇ ਜੇ ਕਾਗਜ਼ ਨਾ ਪੂਰੇ ਹੋਣ, ਝੂਠੀ ਸਰਕਾਰ ਵਾਲੇ। ਇਹ ਤੁਸੀਂ ਪੜ੍ਹਨ ਦਾ ਹੀ ਲੱਕ ਬੰਨਿਆ ਨਾ, ਨਾਨਕ ਨਾਮ ਸਭ ਸਿੱਖਣ ਕੋ ਹੁਕਮ ਹੈ। ਪਾਸਪੋਰਟ ਹੈਗੇ, ਕਿਉਂਕਿ ਨਾ ਕੋਈ ਰਜਿਸਟਰ ਹੈ ਨਾ ਕੋਈ ਹਾਜ਼ਰੀ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਇਸੇ ਕਰਕੇ ਵੱਡਾ ਦਾਤਾ ਉੱਥੇ ਤਿਲ ਜਿੰਨੀ ਵੀ ਤਮਾ ਨਹੀਂ, ਜਦੋਂ ਵੱਜੀਆਂ ਰਬਾਬਾ ਤੇਰੀਆਂ, ਆ ਬਗਦਾਦ ਦੇ ਪੀਰੋ ਕੌਣ ਆ ਗਿਆ ਏ ਮੁਰਜ਼ਾਦਾ ਨੂੰ ਭੰਗ ਕਰਨ ਵਾਲਾ, ਜਦੋਂ ਵੱਜੀਆਂ ਰਬਾਬਾ ਤੇਰੀਆਂ, ਸੁਣ ਮਨ ਹੋ ਗਈ, ਸੁਣ ਮਨ ਕਰੋ, ਇਹਨੂੰ ਅਰਪਣ ਕਰ ਦੋ ਬਾਬਾ ਫਰੀਦ ਜੀ ਵਾਂਗੂ। ਫਰੀਦਾ ਜੰਗਲ ਜੰਗਲ ਕਿਹਾ ਪਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਆਂ, ਜੰਗਲ ਕਹਿ ਢੂੰਡੇ ਜਰਾ ਪੜਿਓ ਪਿਆਰ ਨਾਲ। ਇਹ ਗੇਰ ਫੌਜੀ ਨੇਫਾ ਚ ਲੱਗਦਾ ਇਹ, ਉੱਥੇ ਕਹਿੰਦੇ ਨੇਫਾ ਆਸਾਮ ਚ ਵੀ ਜੱਟ ਜਿਹੜਾ ਤਕੜਾ ਨਾ, ਪਹਾੜਾਂ ਚ ਵੀ ਖੇਤੀ ਕਰ ਲੈਂਦਾ ਉਹ। ਅੱਗੇ ਜੰਗਲਾਂ ਚ ਸਾਧੂ ਜਾਂਦੇ ਹੁੰਦੇ, ਹੁਣ ਤੁਹਾਡੇ ਮੰਗਲਾ ਚ ਆ ਪਟਿਆਲੇ ਸ਼ਹਿਰ, ਪਟਿਆਲਾ ਸ਼ਾਹੀ ਤੇ ਲੁਧਿਆਣੇ ਤੋਂ ਦਾਸ ਆਇਆ। ਇਹ ਲਹਿਰਾਂ ਵਹਿੰਦੀਆਂ ਨੇ ਜਿਹੜੀਆਂ ਕੋਠੀਆਂ ਵਿੱਚ ਵੀ, ਅੱਜ ਆਪਾਂ ਦਾਤੇ ਨੂੰ ਵਿਸਰ ਗਏ, ਫਿਰ ਆਪਣੇ ਵਰਗਾ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਆ ਹੋਏ। ਇੱਕ ਸ਼ੇਰ ਕਹਿ ਕੇ ਬਾਜਾਂ ਵਾਲੇ ਦਾ ਨਿੰਗ ਸਿੰਘ ਬੈਠੇ ਨੇ ਆਲੇ ਦੁਆਲੇ, ਇਹਨਾਂ ਮਹਾਂਪੁਰਖਾਂ ਨੂੰ ਤੁਸੀਂ ਜੇ ਅਰਬਾਂ ਰੁਪਈਆ ਦਵੋ ਨਾ, ਆ ਸਿੰਘ ਜਿਹੜੇ ਬੈਠੇ ਨੇ ਕਦੇ ਖੁਸ਼ ਨਹੀਂ ਹੋਣਗੇ। ਆ ਕਲਗੀ ਧਰਸ ਨੰਦ ਲਾਲ ਵਰਗੇ ਮਹਾਰਾਜ ਦੇ ਪਿਆਰੇ ਤੇ ਭਾਈ ਗੁਰਦਾਸ ਜੀ ਮਹਾਂ ਵਿਦਵਾਨ, ਇੱਕ ਇੱਕ ਹਫ਼ਤਾ ਇੱਕੋ ਹੀ ਸ਼ੇਰ ਕਹਿ ਕੇ ਮੈਂ ਅਗਲੀ ਗੱਲ ਇੱਕ ਧਾਰਨਾ ਕਹਿਣੀ ਹੈ। ਸਾਰੇ ਜ਼ੋਰ ਲਾ ਕੇ ਬੋਲਿਓ, ਕਿਉਂਕਿ ਉੱਚੇ ਟਿੱਬੇ ਤੇ ਪਾਣੀ ਥੋੜਾ ਜਿਹਾ ਔਖਾ ਹੀ ਚੜ੍ਹਦਾ ਹੁੰਦਾ, ਪਾਣੀ ਨੀਵੇਂ ਪਾਸੇ ਨੂੰ ਭੱਜ ਕੇ ਵਗ ਜਾਂਦਾ। ਜਿਵੇਂ ਸਾਡਾ ਵੀ ਮਨ, ਜਾਂ ਚਾਰ ਕੁ ਜਾਣੇ ਜਾਓ ਆਨੰਦ ਕਾਰਜ ਕਰਾ ਲਿਆ, ਅਸੀਂ ਤਾਂ ਨਾਲ ਬੀਬਾ ਜੀ ਆਖੋ ਸਤਨਾਮ ਵਾਹਿਗੁਰੂ ਜੀ, ਬੜੇ ਖੁਸ਼ ਨੇ ਸਾਧ ਸੰਗਤ ਜੀ। ਤਮਾ 3 ਘੰਟੇ ਚਾਹੀਦਾ ਕੰਮ ਤੇ ਕੰਮ, ਇੱਧਰ ਐਡੀ ਕਿਰਪਾ, ਪਰ ਸਾਧ ਸੰਗਤ ਜੀ ਫੇਰ ਵੀ ਕਿੱਡਾ ਰਹਿਮ ਕੀਤਾ। ਮੈਂ 2 ਦਿਨ ਦਾ ਚੋਰ ਹਾਂ ਬਾਬਾ ਜੀ ਦਾ, ਆਪਣੇ ਸਮੇਂ 'ਚ ਮੈਂ ਆਇਆ ਨਹੀਂ, ਆ 4 ਘੜੀਆਂ ਤੋਂ ਡਰ ਗਿਆ ਵੱਡਾ ਲਾਲ ਤੋਂ ਵਾਲਾ ਸੰਤ। ਆਖੋ ਸਤਨਾਮ ਵਾਹਿਗੁਰੂ ਜੀ। ਆਪਦੀ ਸੋਭਾ ਹਰ ਕੋਈ ਕਰਦਾ ਹੁੰਦਾ, ਮੈਂ ਤਾਂ ਵੀ ਚੋਰ ਕਿਹਾ, ਤੁਸੀਂ ਬਖਸ਼ ਦਿਓ, ਇਹਨੂੰ ਬਖਸ਼ਣ ਹਾਰਾ ਕਹਿੰਦੇ, ਤੂੰ ਤਾਂ ਬਖਸ਼ੇ ਲਾਈਆਂ ਨੂੰ, ਤੁਸੀਂ ਮੈਨੂੰ ਨਹੀਂ ਬਖਸ਼ੋਗੇ। ਸੰਗਤ ਰੂਪ ਖਾਲਸਾ ਪੜਿਓ ਪਿਆਰ ਨਾਲ ਫਰੀਦਾ, ਜੇ ਤੁਸੀਂ ਆਪ ਸਵਾਰੇ ਮੈਂ ਮਿਲਾ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ, ਮੰਗਣ ਦੀ ਫਿਰ ਲੋੜ ਨਹੀਂ ਪੈਂਦੀ। 2 ਇਨਸਾਨ ਨੇ ਧਰਤੀ ਤੇ ਜਿਨ੍ਹਾਂ ਦੇ ਮਗਰ ਮਗਰ ਰੱਬ ਫਿਰਿਆ, ਤੁਸੀਂ ਵੀ ਬਾਹ ਖੜੋ ਕਰੀ, ਜਿੱਥੇ ਜਿੱਦਾਂ ਜਿੱਦਾਂ ਮਗਰ ਫਿਰਦਾ। ਆਪਾਂ ਵੀ ਸਿੱਖੇ ਬੈਠੇ ਹੁਣ, ਪਾਕਿਸਤਾਨ 'ਚ ਤਾਂ ਨਹੀਂ ਤੁਸੀਂ, ਆ ਸੁਣ ਹੋ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਇੱਕ ਤਾਂ ਅਨਪੜ੍ਹਤੀ ਮੇਰੇ ਵਰਗਾ, ਜਿਵੇਂ ਮੈਂ ਬਾਬਾ ਜੀ ਕਹਿੰਦੇ ਕਿਵੇਂ ਇੰਜੀਨੀਅਰ ਲੱਗਿਆ ਤੇ ਉਸ ਵਾਲ 'ਚ, ਮਾਂ ਜੀ ਹਾਂ ਤਾਂ ਅਨਪੜ੍ਹ ਬਣਿਆ ਇੰਜੀਨੀਅਰ ਵਾਂਗ, ਪਰ ਕਿੰਨੀਆਂ ਕੁ ਖੇਡਾਂ, ਕਿੰਨੀਆਂ ਮਹਾਰਾਜ ਨੇ ਸੇਵਾਵਾਂ, ਕੋਈ ਅੰਤ ਨਹੀਂ, ਲਿਖਿਆ ਨਹੀਂ ਜਾ ਸਕਦੀਆਂ, ਕਿਵੇਂ ਕਰੀਆਂ ਤੇ ਕਿਵੇਂ ਕਰਵਾ ਲਈਆਂ। ਉਹ ਤਾਂ ਵੱਡਾ ਦਾਤਾ ਹੈ, ਨਹੀਂ ਕਰ ਸਕਦਾ ਮਨੁੱਖ।
ਕੋਈ ਮੰਨੋਗੇ? ਇੱਕ ਪਾਸੇ ਅਨਪੜ੍ਹ, ਇੱਕ ਪਾਸੇ ਇੰਜੀਨੀਅਰ। ਪਰ ਮਹਾਰਾਜ ਮੈਂ ਉਦੋਂ ਵੀ ਵਿਗੜੀਆਂ ਮਸ਼ੀਨਾਂ ਠੀਕ ਕਰਦਾ ਸੀ, ਤੇ ਹੁਣ ਮੈਂ ਕਿਹੜਾ ਡੀਸੀ ਲੱਗ ਗਿਆ। ਹੁਣ ਮੈਂ ਦੁਆ ਤੇ ਦੁਆ, ਇਹ ਪੰਚਮ ਪਾਤਸ਼ਾਹ ਵੀ ਕਰਦੇ, ਹਰ ਰਾਏ ਸਾਹਿਬ ਜੀ ਵੀ ਕਰਦੇ, ਤੇ ਗੁਰੂ ਨਾਨਕ ਸਾਹਿਬ ਵੀ ਕਰਦੇ। ਕੋਈ ਨਵਾਂ ਕੰਮ ਨੀ ਖਾਲਸਾ ਕਰਦਾ। ਆਖੋ ਸਤਨਾਮ ਵਾਹਿਗੁਰੂ ਜੀ। ਬਾਬਾ ਮਨਮੋਹਨ ਸਿੰਘ ਜੀ ਵੀ ਕੈਸਾ ਰਚਨਾ ਰਚਾਈ ਪਈ ਹੈ, ਐ ਸੜਕ ਦੇ ਕੰਢੇ ਤੇ ਤਾਰੀ ਜਾਂਦੇ ਨੇ। ਇਹ ਜਿਹੜਾ ਪੌਲ ਆਇਆ ਨਾ, ਐ ਤੁਰੇ ਜਾਂਦੇ ਵੀ ਪਾਣੀ ਪੀ ਕੇ ਆਪਦੀ ਪਿਆਸ ਬੁਝਾ ਰਹੇ ਨੇ। ਇਹ ਪਰਉਪਕਾਰੀ ਜਨ ਪਰਉਪਕਾਰੀ ਆਏ, ਜੀ ਰਾਮ ਦੇ ਭਗਤੀ ਲੈਣ ਹਰਸੋ ਲੈਣ ਮਿਲਾਏ ਨਾਲ ਸੰਪਟ ਖੰਡ ਪਾਠ। ਕਈਆਂ ਨੂੰ ਇਹ ਨਹੀਂ ਪਤਾ ਵੀ ਸੰਪਟ ਖੰਡ ਪਾਠ ਹੁੰਦਾ ਕੀ ਹੈ। ਬੜਾ ਬਹਿੰਦੇ ਹੀ ਨਾਨਕਸਰ ਵਾਲਿਆਂ ਤੇ ਤਬਾ ਲਾ ਦੇਣਗੇ। ਪਿਆਰਿਓ, ਇਹ ਜੀ ਨਿੰਦਿਆ ਤੁਸੀਂ ਨਾ ਕਰਿਆ ਕਰੋ, ਹੋਰ ਹੀ ਬਹੁਤ ਨੇ ਸਾਡੇ ਵਾਸਤੇ ਤਾਂ। ਆਖੋ ਸਤਨਾਮ ਵਾਹਿਗੁਰੂ ਜੀ। ਤੁਸੀਂ ਆਪ ਦੇ ਘਰ ਨੂੰ ਜਿਵੇਂ ਬਾਬਾ ਜੀ ਪਹਿਲਾਂ ਹੀ ਕਹੇ ਗਏ, ਪੂਰਾ ਗੁਰ ਅਰਾਧਿਆ, ਪੂਰਾ ਜਾਕਾ ਨਾਂ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਆ ਸੰਪਟ ਖੰਡ ਪਾਠ ਚੱਲਿਆ, ਜਿੰਨ ਦਾ ਬਾਪ ਲਿਆਓ ਭਾਵਾਂ। ਪਹਿਲਾ ਸੰਪਟ ਖੰਡ ਪਾਠ ਤੇਗ ਬਹਾਦਰ ਸਾਹਿਬ ਜੀ ਨੇ ਮਾਖੋਵਾਲ ਮਾਖੋ ਦੈਂਤ ਦਾ ਆਧਾਰ ਕਰਿਆ ਸੀ। ਉੱਥੇ ਮਾਖੋਵਾਲ ਅਨੰਦਪੁਰ ਦੀ ਧਰਤੀ ਦਾ ਵਸਾਇਆ। ਆਖੋ ਸਤਨਾਮ। ਇੰਨਾ ਸਮਾਂ ਨਹੀਂ, ਮੈਂ ਫਿਰ ਮੈਂ ਲਾਲਚੀ ਬੰਦਾ। ਆਖੋ ਸਤਨਾਮ ਵਾਹਿਗੁਰੂ ਜੀ। ਤੁਸੀਂ ਤਾਂ ਲੋਭੀ ਪੂਰੇ ਹੀ ਹੋ, ਕੋਈ ਕਿੱਲਾ ਲੈ ਲਓ, ਕੋਈ 100 ਕਿੱਲਾ, 100 ਬੱਸ ਤੇ ਵੀ ਨਹੀਂ। ਆਖੋ ਸਤਨਾਮ ਵਾਹਿਗੁਰੂ। ਬੜੋ ਪਿਆਰ ਨਾਲ ਧਾਰਨਾ, ਮੈਂ ਕਿਸੇ ਬਾਬਾ ਜੀ ਤੋਂ ਤਾਂ ਖਿਮਾ ਮੰਗੂੰਗਾ, ਮਹਾਂਪੁਰਖਾਂ ਤੋਂ ਵੀ। ਮੈਂ ਚੱਲਦੇ ਕਹਿੰਦੇ ਕਿਸੇ ਗਰੀਬ ਦਾ ਨਾ ਮੂਹਰੇ, ਮੈਂ ਉਹਨਾਂ ਚੋਂ ਹੀ ਹਾਂ। ਐ ਖਾਲ ਚੱਲਦਾ ਤੀ ਜੱਟ ਦਾ, ਗੱਠੇ ਬੀਜੇ ਹੋਏ ਵਿੱਚੋਂ ਦੀ ਆ ਕੱਢ ਕੇ ਨਾ ਛਿੰਜ ਲਿਆ ਵਿੱਚ ਦੀ ਸਾਰਾ ਕੁਛ। ਅੱਜ ਐਂ ਕਰਿਆ ਨੱਕਾ ਧੱਕੇ ਪਰ ਧੱਕਾ ਕਹਿੰਦੇ ਨੇ ਪ੍ਰੇਮ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੱਕੇ ਨਾ ਨੱਕਾ ਵੱਢਿਆ, ਮੇਰਾ ਟਾਈਮ ਹੈ ਨੀ। ਪੜੋ ਪਿਆਰ ਨਾਲ, ਪਰ ਪਾ ਦਿਓ ਗੂੰਜਾ। ਅਰਸਾ ਸਿੰਘ ਜੀ ਸਮਾਂ ਯਾਦ ਰੱਖਿਆ ਕਰੋ, ਸਾਲ ਬਾਅਦ ਧੰਨ ਹਨ ਬਾਬਾ ਮਨਮੋਹਨ ਸਿੰਘ ਜੀ। ਇਹਨਾਂ ਨੂੰ ਲਾਂਬੀਆਂ ਆਰਜੂਆਂ ਬਖਸ਼ਿਸ਼ ਕਰੇ, ਇਹਨਾਂ ਦੇ ਫਰਜੰਦ, ਇਹਨਾਂ ਦੇ ਸਾਹਿਬਜ਼ਾਦੇ, ਵਿਦਿਆਲੇ ਦੇ ਵਿਦਿਆਰਥੀ, ਆ ਰੱਬ ਵਰਗੀਆਂ ਸੰਗਤਾਂ। ਮੈਂ ਕਿੰਨੀ ਕੁਸ਼ਤ ਕਰ ਕਰ ਜੀਵਾਂ, ਐ ਤੱਕੀ ਜਾਂਦਾ। ਜੀ ਤਾਂ ਮੇਰਾ ਕਰਦਾ ਨਹੀਂ ਹਟਣ ਨੂੰ, ਪਰ ਸਾਧ ਸੰਗਤ ਦੀ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਪੜਿਓ ਪਿਆਰ ਨਾਲ। ਮੇਰੀ ਦੀ ਫੱਟੀ ਤੇ ਲਿਖੇ ਹੋਏ ਨੇ ਚੋਜੀ ਚੋਜੀਆਂ ਤੇਰੇ ਭੁੱਲ ਨੇ, ਤੇਰੀ ਪ੍ਰੀਤ ਦੇ ਪੈ ਜੋ ਪੇਚ ਪੇਚੇ ਲੱਖਾਂ ਨੌਹਾਂ ਦੇ ਸਮੇਂ ਨਾਲ ਖੁੱਲਦੇ ਨੇ, ਲੱਖਾਂ ਜੁਗੀ ਬਜ਼ੁਰਗੀਆਂ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁਲਦੇ ਨੇ, ਛਤਰਧਾਰੀਆਂ ਦੇ ਸਿਰ ਤੇ ਲੱਖਾਂ ਛਤਰੀ ਵਾਜਾਂ ਵਾਲਿਆਂ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਕਲਗੀ ਵਾਲੇ ਪ੍ਰੀਤਮਾ ਤੇਰੇ ਚੋਜ ਨਿਆਰੇ, ਕਲਗੀ ਵਾਲੇ ਸ਼ਹਿਨਸ਼ਾਹ ਤੇਰੇ ਚੋਜ ਨਿਆਰੇ,
ਖਾਲਸਾ ਦੀ ਬੈਟਰੀ ਚਾਰਜ, ਤੁਹਾਡੇ ਮੋਬਾਈਲਾਂ ਦੀਆਂ ਬੈਟਰੀਆਂ ਚਾਰਜ ਹੁੰਦੀਆਂ ਨੇ, ਟਰੈਕਟਰਾਂ ਦੀਆਂ ਹੁੰਦੀਆਂ ਨੇ, ਗੱਡੀਆਂ ਦੀਆਂ, ਅੱਜ ਖਾਲਸਾ ਦੀ ਬੈਟਰੀ ਚਾਰਜ ਹੋ ਗਈ, ਹੁਣ ਬੰਦ ਨਹੀਂ ਹੁੰਦੇ ਆ ਕੋਲ ਹੱਥ ਨਾਲ। ਵਾਹਿਗੁਰੂ ਜੀ, ਇਹ ਤਾਂ ਕਮਲਾ ਸਾਹਿਬ ਇੰਨੇ ਕੁ ਵਾਸਤੇ ਆ। ਬਸ ਸਭ ਤੋਂ ਵੱਡੀ ਖੁਰਾਕ ਖਾਲਸੇ ਦੀ ਆਹੀ ਹੈ, ਇਸ ਕਰਕੇ ਆਓ ਬਾਬਾ ਮਨਮੋਹਨ ਸਿੰਘ ਜੀ ਮਹਾਰਾਜ, ਜਿਤਨੇ ਵੀ ਮਹਾਂਪੁਰਖ ਇਸ ਪਾਵਨ ਪਵਿੱਤਰ ਗੁਰੂ ਹਜ਼ੂਰ ਜੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਸ਼ਹਿਨਸ਼ਾਹ ਸ਼ਾਹ ਗੁਰੂ ਗੋਬਿੰਦ ਸਿੰਘ, ਗਰੀਬਾਂ ਦਾ ਯਾਰ ਗੁਰੂ ਗੋਬਿੰਦ ਸਿੰਘ, ਉਨ ਪਾਵਨ ਪਵਿੱਤਰ ਸਥਾਨ ਤੇ ਜਿਤਨੇ ਵੀ ਮਹਾਂਪੁਰਖ ਔਰ ਰੱਬ ਵਰਗੀ ਕਰਤਾਰ ਦਾ ਰੂਪ ਮੇਰਾ ਕਹਿੰਦਾ ਇੱਥੇ ਰਹਿੰਦਾ ਹੋ, ਕਹਿੰਦੇ ਪੰਚਮ ਪਾਤਸ਼ਾਹ ਕਹਿੰਦੇ ਸੰਗਤਾਂ ਵਿੱਚ ਵਾਸਾ ਜੀ ਮੇਰੇ ਕਰਤਾਰ ਦਾ, ਐ ਤੱਕ ਲੈ ਪਟਿਆਲੇ ਸ਼ਹਿਰ ਚ ਰੱਬ ਉਤਰਿਆ ਹੋਇਆ। ਬਾਬਾ ਮਨਮੋਹਨ ਸਿੰਘ ਜੀ ਦਾ ਮਹਾਨ ਉਪਰਾਲਾ ਮਹਾਂਪੁਰਖਾਂ ਤੋਂ, ਸੰਗਤਾਂ ਤੋਂ, ਸੱਚੇ ਸ਼ਹਿਨਸ਼ਾਹ ਤੋਂ ਕੀਤੀ ਕਤਾਹੀ ਦੋ ਦਿਨ ਦੀ, ਪੰਜ ਮਿੰਟਾਂ ਚ ਹੁਣ ਮਾਫ਼ੀ ਤਾਂ ਦੇ ਦਿਓ, ਕਹਿ ਦੋ ਵੀ ਦੇਤੀ, ਭਾਵੇਂ ਧੱਕੇ ਨਾਲ ਹੀ ਨੱਕਾ ਵੱਢਿਆ ਕੋ ਸਤਨਾਮ ਕਰ ਹੀ ਸਕਦੀ ਹੈ ਨਾ। ਇਸ ਕਰਕੇ ਆਓ, ਜੇ ਇਹੋ ਜਿਹੀ ਠੱਗੀ ਠੋਰੀ ਹੋ ਜਾਵੇ ਕੋਈ ਮਾੜੀ ਗੱਲ ਨਹੀਂ, ਆਪ ਨਾ ਕਰਿਆ ਕਰੋ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਆਓ ਹਰਿਦਾ ਆਪ ਸੁਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ, ਸੱਚੀ ਸਰਕਾਰ ਅਕਾਲ ਪੁਰਖ ਬਾਬਾ ਬਾਣੀ ਨਿਰੰਕਾਰ ਹੈ, ਇਸ ਜੇਵੜ ਆਉਣਾ ਕੋਏ, ਮਹਾਂਪੁਰਖ ਔਰ ਕਲਗੀਧਰ ਦੇ ਲਾਡਲ, ਇਹ ਕਲਗੀਧਰ ਦੇ ਛੀਣੀਆਂ ਪਿਆਰ ਨਾਲ ਚੀ ਚੁਕਾ ਕੇ ਖਿਮਾ ਮੰਗਦਾ ਹੋਇਆ, ਕੋਈ ਭੁੱਲ ਹੋਈ ਹੋਵੇ, ਕਿਸੇ ਦਾ ਹਿਰਦਾ ਦੁਖਿਆ ਹੋਵੇ, ਪਾਪੀ ਨੂੰ ਜਥੇ ਸਮੇਤ ਖਿਮਾ ਕਰਨੀ, ਇੰਨੀ ਕੁ ਹਾਜ਼ਰੀ ਕਬੂਲ ਕਰਨੀ, ਪਿਆਰ ਨਾਲ ਅੰਦਰੋਂ ਜਾ ਕੇ ਭਿੱਜ ਕੇ ਸੀ ਚਕਾ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਆਪਣੇ ਪੁੱਤਰਾਂ ਨਾਲ ਤੈਨੂੰ ਲੋਕਾਂ ਦੇ ਪੁੱਤ ਪਿਆਰੇ, ਆਪਣੇ ਪੁੱਤਰਾਂ ਨਾਲ ਤੈਨੂੰ ਲੋਕਾਂ ਦੇ ਪੁੱਤ ਪਿਆਰੇ, ਬੈਟਰੀ ਚਾਰਜ, ਤੁਹਾਡੇ ਮੋਬਾਈਲਾਂ ਦੀਆਂ ਬੈਟਰੀਆਂ ਚਾਰਜ ਹੁੰਦੀਆਂ ਨੇ, ਟਰੈਕਟਰਾਂ ਦੀਆਂ ਹੁੰਦੀਆਂ ਨੇ, ਗੱਡੀਆਂ ਦੀਆਂ, ਅੱਜ ਖਾਲਸਾ ਦੀ ਬੈਟਰੀ ਚਾਰਜ ਹੋ ਗਈ, ਹੁਣ ਬੰਦ ਨਹੀਂ ਹੁੰਦੇ ਆ ਕੋਲ ਹੱਥ ਨਾਲ। ਵਾਹਿਗੁਰੂ ਜੀ, ਇਹ ਤਾਂ ਕਮਲਾ ਸਾਹਿਬ ਇੰਨੇ ਕੁ ਵਾਸਤੇ ਆ। ਬਸ ਸਭ ਤੋਂ ਵੱਡੀ ਖੁਰਾਕ ਖਾਲਸੇ ਦੀ ਆਹੀ ਹੈ, ਇਸ ਕਰਕੇ ਆਓ ਬਾਬਾ ਮਨਮੋਹਨ ਸਿੰਘ ਜੀ ਮਹਾਰਾਜ, ਜਿਤਨੇ ਵੀ ਮਹਾਂਪੁਰਖ ਇਸ ਪਾਵਨ ਪਵਿੱਤਰ ਗੁਰੂ ਹਜ਼ੂਰ ਜੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਸ਼ਹਿਨਸ਼ਾਹ ਸ਼ਾਹ ਗੁਰੂ ਗੋਬਿੰਦ ਸਿੰਘ, ਗਰੀਬਾਂ ਦਾ ਯਾਰ ਗੁਰੂ ਗੋਬਿੰਦ ਸਿੰਘ, ਉਨ ਪਾਵਨ ਪਵਿੱਤਰ ਸਥਾਨ ਤੇ ਜਿਤਨੇ ਵੀ ਮਹਾਂਪੁਰਖ ਔਰ ਰੱਬ ਵਰਗੀ ਕਰਤਾਰ ਦਾ ਰੂਪ ਮੇਰਾ ਕਹਿੰਦਾ ਇੱਥੇ ਰਹਿੰਦਾ ਹੋ, ਕਹਿੰਦੇ ਪੰਚਮ ਪਾਤਸ਼ਾਹ ਕਹਿੰਦੇ ਸੰਗਤਾਂ ਵਿੱਚ ਵਾਸਾ ਜੀ ਮੇਰੇ ਕਰਤਾਰ ਦਾ, ਐ ਤੱਕ ਲੈ ਪਟਿਆਲੇ ਸ਼ਹਿਰ ਚ ਰੱਬ ਉਤਰਿਆ ਹੋਇਆ। ਬਾਬਾ ਮਨਮੋਹਨ ਸਿੰਘ ਜੀ ਦਾ ਮਹਾਨ ਉਪਰਾਲਾ ਮਹਾਂਪੁਰਖਾਂ ਤੋਂ, ਸੰਗਤਾਂ ਤੋਂ, ਸੱਚੇ ਸ਼ਹਿਨਸ਼ਾਹ ਤੋਂ ਕੀਤੀ ਕਤਾਹੀ ਦੋ ਦਿਨ ਦੀ, ਪੰਜ ਮਿੰਟਾਂ ਚ ਹੁਣ ਮਾਫ਼ੀ ਤਾਂ ਦੇ ਦਿਓ, ਕਹਿ ਦੋ ਵੀ ਦੇਤੀ, ਭਾਵੇਂ ਧੱਕੇ ਨਾਲ ਹੀ ਨੱਕਾ ਵੱਢਿਆ ਕੋ ਸਤਨਾਮ ਕਰ ਹੀ ਸਕਦੀ ਹੈ ਨਾ। ਇਸ ਕਰਕੇ ਆਓ, ਜੇ ਇਹੋ ਜਿਹੀ ਠੱਗੀ ਠੋਰੀ ਹੋ ਜਾਵੇ ਕੋਈ ਮਾੜੀ ਗੱਲ ਨਹੀਂ, ਆਪ ਨਾ ਕਰਿਆ ਕਰੋ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਆਓ ਹਰਿਦਾ ਆਪ ਸੁਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ, ਸੱਚੀ ਸਰਕਾਰ ਅਕਾਲ ਪੁਰਖ ਬਾਬਾ ਬਾਣੀ ਨਿਰੰਕਾਰ ਹੈ, ਇਸ ਜੇਵੜ
ਅਵਣਾ ਕੋਏ ਮਹਾਂਪੁਰਖ ਔਰ ਕਲਗੀਧਰ ਦੇ ਲਾਡਲ ਇਹ ਕਲਗੀਧਰ ਦੀਆਂ ਛੀਣੀਆਂ ਪਿਆਰ ਨਾਲ ਚੀਚ ਚੁਕਾ ਕੇ ਖਿਮਾ ਮੰਗਦਾ ਹੋਇਆ ਕੋਈ ਭੁੱਲ ਹੋਈ ਹੋਵੇ ਕਿਸੇ ਦਾ ਹਿਰਦਾ ਦੁਖਿਆ ਹੋਵੇ ਪਾਪੀ ਨੂੰ ਜਥੇ ਸਮੇਤ ਖਿਮਾ ਕਰਨੀ ਇੰਨੀ ਕੁ ਹਾਜ਼ਰੀ ਕਬੂਲ ਕਰਨੀ ਪਿਆਰ ਨਾਲ ਅੰਦਰੋਂ ਜਾ ਕੇ ਭਿੱਜ ਕੇ ਚੀਚ ਚੁਕਾ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।